2 ਕਿੱਲੇ ਦੀ ਵਿਜਾਈ 1 ਕਿੱਲਾ ਵਰਤ ਲਈ 1 ਕਿੱਲਾ ਸੀ ਕਟਾ ਲਈ ਜ਼ਮੀਨ 1 ਕਿੱਲਾ ਬਚਾ ਲਈ ਤੇ ਉਹਦੇ ਨਾਲ ਹੁਣ ਇਹ ਹੈਗਾ ਵੀ ਸਾਨੂੰ ਇਹਦੇ ਤੇ ਅਸੀਂ ਇੱਕ ਵਾਰੀ ਥੋੜਾ ਲਾਇਆ ਇਹ ਤੋਂ ਸਾਨੂੰ ਕੁਝ ਟ੍ਰਾਇਲ ਆ ਜਾਊਗਾ ਵੀ ਇਹ ਜਿਹੜਾ ਇਹ ਕਾਮਯਾਬ ਹੈ ਕਿ ਉਹ ਕਾਮਯਾਬ ਹੈ ਉਹ ਜਿਹੜੀ ਗੋਲ ਚੱਕਰ ਵਾਲੀ ਆ ਪੋਲਾਂ ਵਾਲੀ ਉਹਦਾ ਖਰਚਾ ਮੰਨ ਕੇ ਚੱਲੋ ਇਹਦੇ ਨਾਲੋਂ ਅੱਧਾ ਮੰਨ ਕੇ ਚੱਲੋ ਉਹਦਾ 5 ਲੱਖ ਰੁਪਏ ਏਕੜ ਦਾ ਖਰਚਾ ਇਹਦਾ 10 ਲੱਖਾ ਦੂਜੇ ਪਾਸੇ ਇਹਨੇ 1 ਏਕੜ ਨੇ 100 ਆਮਦਨ ਦੇਣੀ ਏ ਉਹਨੇ 2 ਏਕੜ ਨੇ ਆਮਦਨੋਨੀ ਦੇਣੀ ਆ ਇਹਨਾਂ ਹੌਟ ਦੀ ਫਾਰਮਿੰਗ ਹੈ ਹੈਗੇ ਜੀ ਇਹਦੇ ਦੋ ਮੈਥਡ ਹੈਗੇ ਆ ਇੱਕ ਹੁੰਦਾ ਗੋਲ ਚੱਕਰ ਵਾਲਾ ਪਿੱਲਰ ਤੇ ਲਾ ਕੇ ਇੱਕ ਹੁੰਦਾ ਜਿਵੇਂ ਆ ਅਸੀਂ ਲਾਇਆ ਇਹ ਇਹਨੂੰ ਟ੍ਰੈਲਿਸ ਮੈਥਡ ਬੋਲਦੇ ਆ ਠੀਕ ਹੈ ਹਾਂ ਇਸ ਮੈਥਡ ਦੇ ਵਿੱਚ ਕੀ ਹੈ ਜੀ ਇਹਦੇ ਵਿੱਚ ਇੱਕ ਕਨਾਲ ਤੇ ਘੱਟੋ ਘਾਟ 1 ਲੱਖ ਰੁਪਇਆ ਖਰਚਾ ਅਛਾ ਜੀ ਹਾਂਜੀ ਜੇ ਤੁਸੀਂ ਇੱਕ ਕਿਲਾ ਲਾਉਣੇ ਤਾਂ ਤੁਹਾਡਾ 8 ਲੱਖ ਰੁਪਿਆ ਦਾ ਖਰਚਾ ਆਉਣਾ ਤੇ ਉਸ ਤੋਂ ਉੱਤੇ ਜੇ ਇਹਨੂੰ ਫੌਗਰ ਵਗੈਰਾ ਲਾਉਣੇ ਆ ਤਾਂ ਉਹ ਖਰਚਾ ਜਾਂ ਨੈਟ ਪਾਉਣੇ ਉਹ ਇਸ ਤੋਂ ਐਕਸਟਰਾ ਹੋਊਗਾ ਤੇ ਇਸ ਕਰਕੇ ਹਜੇ ਤੱਕ ਇਹ ਪੰਜਾਬ 'ਚ ਥੋੜਾ ਹੀ ਲੱਗਿਆ ਤੇ ਇਹਦਾ ਮੰਡੀਕਰਨ ਹਜੇ ਕੋਈ ਬਹੁਤਾ ਆਪਾਂ ਕਹਿ ਨਹੀਂ ਸਕਦੇ ਵੀ ਇਹਦੀ ਕੀ ਆਮਦਨ ਹੋਊਗੀ ਕੀ ਨਹੀਂ ਤੇ ਵੀ ਉਹ ਹੀ ਗੱਲ ਆ ਜਾਂਦੀ ਵੀ YouTube ਤੇ ਕਿਸੇ ਦੇ ਮਗਰ ਲਾ ਕੇ ਨਾ ਕਰੋ ਜੇ ਕਰਨਾ ਇਹਨੂੰ ਥੋੜੇ ਤੋਂ ਸਟਾਰਟ ਕਰੋ ਥੋੜਾ ਇਹ ਦੂਜੇ ਸਾਲ ਹੀ ਫਰੂਟ ਤੇ ਆ ਜਾਂਦਾ ਮੰਨ ਕੇ ਚਲੋ ਵੀ ਬਹੁਤੀ ਆਪਾਂ ਨੂੰ ਲੰਮੀ ਵੇਟ ਨਹੀਂ ਕਰਨੀ ਪੈਂਦੀ ਵੀ ਦੋ ਸਾਲਾਂ ਚ ਆਪਾਂ ਜੇ ਇੱਕ ਕਨਾਲ ਲਾਉਣੇ ਦੋ ਕਨਾਲ ਲਾਉਣੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਸਾਨੂੰ ਇਹ ਤੋਂ ਕੀ ਆਮ ਦੇਣਾ ਤੇ ਇੱਕੇ ਵਾਰੀ ਇਸ ਤਰ੍ਹਾਂ ਨਾ ਕਰੋ ਵੀ ਆਪਾਂ 1 ਏਕੜ ਤੇ 10 ਲੱਖ ਇਕੱਠਾ ਲਾਤਾ ਦੇ 1 ਏਕੜ ਲਾ ਲਈਏ ਉਹਦੀ ਗਾਂ ਸਾਡੀ ਜ਼ਮੀਨ ਨਾ ਮੰਨੇ ਥੱਲੇ ਨੂੰ ਫੰਗਸ ਪੈਣੀ ਸ਼ੁਰੂ ਹੋ ਜੇ ਸਾਡੇ ਪੌਦੇ ਨਾ ਚੱਲਣ ਤਾਂ ਮੁੜ ਕੇ ਜਿਹੜਾ 10 ਲੱਖ ਲਾਇਆ ਇਹ ਇਹ ਜਿਹੜਾ ਸਟ੍ਰਕਚਰ ਹੈ ਦਾ ਹੈਗਾ ਇਹ ਇਸੇ ਦੇ ਕੰਮ ਆਲਾ ਹੋਰ ਤਾਂ ਹੀ ਕਿਸੇ ਕੰਮ ਆਉਣਾ ਨਹੀਂਗਾ ਇਹਦੇ ਚ ਨਾ ਕੋਈ ਹੋਰ ਫਸਲ ਹੁੰਦੀ ਐ ਤੇ ਇਸ ਕਰਕੇ ਮੈਂ ਤਾਂ ਇਹ ਕਹੂੰਗਾ ਵੀ ਇਹਨੂੰ ਥੋੜਾ ਲਾ ਕੇ ਦੋ ਸਾਲਾਂ ਬਾਅਦ ਇਹਨੇ ਫਰੂਟ ਤੇ ਆ ਜਾਣਾ ਥੋੜਾ ਲਾ ਕੇ ਇਹਨੂੰ ਆਪਦਾ ਪਹਿਲਾਂ ਮੰਡੀ ਕਰਨ ਚੈੱਕ ਕਰੋ ਵੀ ਸਾਨੂੰ ਕੀ ਆਮਦਨ ਹੁੰਦੀ ਫੇਰ ਇਹਨੂੰ ਜਿੰਨਾ ਮਰਜ਼ੀ ਲਾ ਲਓ ਅੱਛਾ ਇਹ ਪੰਜਾਬ ਚ ਮੈਂ ਲੱਗਿਆ ਦੇਖਿਆ ਵੀ ਉਹ ਪੋਲਾਂ ਤੇ ਲਾਉਂਦੇ ਆ ਤੁਸੀਂ ਆ ਨਵੀਂ ਤਕਨੀਕ ਵਰਤੀ ਐ ਉਹ ਜਿਹੜੀ ਗੋਲ ਚੱਕਰ ਵਾਲੀ ਐ ਪੋਲਾਂ ਵਾਲੀ ਉਹਦਾ ਖਰਚਾ ਮੰਨ ਕੇ ਚੱਲੋ ਇਹਦੇ ਨਾਲੋਂ ਅੱਧਾ ਮੰਨ ਕੇ ਚੱਲੋ ਉਹਦਾ 5 ਲੱਖ ਰੁਪਏ ਏਕੜ ਦਾ ਖਰਚਾ ਇਹਦਾ 10 ਲੱਖ ਆ ਦੂਜੇ ਪਾਸੇ ਇਹਨੇ Ay, my, my Man, the the 1 ਏਕੜ ਨੇ 100 ਆਮਦਨ ਦੇਣੀ ਆ ਉਹਨੇ 2 ਏਕੜ ਨੇ ਆਮਦਨ 100 ਦੇਣੀ ਆ ਤੀਜੀ ਗੱਲ ਰਹੀ ਵੀ ਅਸੀਂ 2 ਕਿੱਲਾਂ ਦਾ ਖਰਚਾ 1 ਕਿੱਲੇ ਦੇ ਕਰ ਲਿਆ 2 ਕਿੱਲਾਂ ਦੇ ਪੌਦੇ ਅਸੀਂ 1 ਏਕੜ ਚ ਲਾ ਲਏ ਮੰਨ ਲਓ ਪੌਦੇ ਡਬਲ ਲਾ ਲਏ ਖਰਚਾ ਡਬਲ ਹੋ ਗਿਆ ਜ਼ਮੀਨ ਅਸੀਂ 2 ਕਿੱਲਾਂ ਦੀ ਬਜਾਈ 1 ਕਿੱਲਾ ਵਰਤ ਲਈ 1 ਕਿੱਲਾ ਅਸੀਂ ਘਟਾ ਲਈ ਜ਼ਮੀਨ 1 ਕਿੱਲਾ ਬਚਾ ਲਈ ਤੇ ਉਹਦੇ ਨਾਲ ਹੁਣ ਇਹ ਹੈਗਾ ਵੀ ਸਾਨੂੰ ਇਹਦੇ ਤੇ ਅਸੀਂ ਇੱਕ ਵਾਰੀ ਥੋੜਾ ਲਾਇਆ ਇਹ ਤੋਂ ਸਾਨੂੰ ਕੁਝ ਟ੍ਰਾਇਲ ਆ ਜਾਊਗਾ ਵੀ ਇਹ ਜਿਹੜਾ ਇਹ ਕਾਮਯਾਬ ਹੈ ਕਿ ਉਹ ਕਾਮਯਾਬ ਹੈ ਇੰਡੀਆ 'ਚ ਵੀ ਸਟਾਰਟ ਹੋ ਗਿਆ ਮਹਾਰਾਸ਼ਟਰ 'ਚ ਮੈਂ ਇਹਦੇ ਫਾਰਮ ਪਹਿਲਾਂ ਵੇਖ ਕੇ ਆਇਆ ਪਹਿਲਾਂ ਮਹਾਰਾਸ਼ਟਰ 'ਚ ਇਹਦੇ ਫਾਰਮ ਪਹਿਲਾਂ YouTube 'ਤੇ ਦੇਖੇ ਫਿਰ ਮੈਂ ਉਹਨਾਂ ਕਿਸਾਨਾਂ ਨੂੰ ਆ ਮਿਲਿਆ ਉਹਨਾਂ ਦੇ ਫਾਰਮ ਵੇਖੇ ਵੀ ਕੀ ਇਹਦਾ ਖਰਚਾ ਆਊਗਾ ਸਾਰਾ ਕੁਝ ਵੇਖ ਕੇ ਫਿਰ ਅਸੀਂ ਇਹ ਲਾਇਆ ਠੀਕ ਹੈ ਜੀ ਹਾਂਜੀ ਇਹਨਾਂ ਨੇ ਉੱਪਰ ਆ ਕੇ ਇਹਨੂੰ ਇੱਥੋਂ ਕਟਿੰਗ ਕਰ ਦਾਂਗੇ ਠੀਕ ਹੈ ਫਿਰ ਇਹ ਜੋ ਹਰੇਕ ਪੌਦੇ ਦੀਆਂ 4-5 ਸਾਖਾਂ ਨਿਕਲਣੀਆਂ ਕੁਝ ਉਧਰ ਜਾਣੀਆਂ ਕੁਝ ਇਧਰ ਆਉਣੀਆਂ ਜਿਹੜੀਆਂ ਉਹ ਸ਼ਾਖਾਂ ਆਉਣੀਆਂ ਉਹਨਾਂ ਦੇ ਫਰੂਟ ਆਉਣਾ ਫਿਰ ਆਏ ਸਾਲ ਉਹਨਾਂ 'ਚ ਨਵੀਆਂ ਸ਼ਾਖਾਂ ਨਿਕਲਦੀਆਂ ਰਹਿਣੀਆਂ ਪੁਰਾਣੀਆਂ ਡੈਮੇਜ ਹੋਈ ਜਾਣੀਆਂ ਉਹਨਾਂ ਦੀ ਕਟਿੰਗ ਹੋਈ ਜਾਣੀ ਹੈ ਜਿੰਨਾਂ ਨੂੰ ਪਤਾ ਲੱਗ ਗਿਆ ਆਪਾਂ ਨੂੰ ਫਰੂਟ ਆ ਚੁੱਕਿਆ ਇਹਦੇ ਤੇ ਹੁਣ ਕੋਈ ਕੰਡਾ ਫਲ ਦੇਣ ਵਾਲਾ ਨਹੀਂ ਉਹਨੂੰ ਆਪਾਂ ਕੱਟ ਦੇਣਾ ਜਿਹੜੀਆਂ ਨਵੀਆਂ ਹੋਣੀਆਂ ਉਹ ਮੈਚ्योर ਹੋਈ ਜਾਣੀਆਂ ਉਹਨਾਂ ਦੇ ਫਰੂਟ ਆਉਂਦਾ ਰਹਿਣਾ ਠੀਕ ਹੈ ਕਦੇ ਕਰਕੇ ਵੇਖਣ ਵੀ ਆਉਂਦੇ ਲੋਕ ਕੋਈ ਸਲਾਹਾਂ ਲੈਣ ਵੀ ਆਉਂਦੇ ਕੋਈ ਪੁੱਛਣ ਵੀ ਆਉਂਦੇ ਆ ਪਰ ਮੇਰੀ ਤਾਂ ਇਹ ਹਰ ਇੱਕ ਨੂੰ ਸਲਾਹ ਵੀ ਤੁਸੀਂ ਜਿਹੜਾ ਵੀ ਕੰਮ ਕਰਨਾ ਥੋੜੇ ਤੋਂ ਸਟਾਰਟ ਕਰੋ ਆਪਦਾ ਪ੍ਰੈਕਟੀਕਲ ਕਰਕੇ ਮਹਿੰਗਾ ਕੰਮ ਥੋੜੇ ਤੋਂ ਸਟਾਰਟ ਕਰੋ ਡੇਢ ਸਾਲ ਬਾਅਦ ਇਹਦਾ ਪਤਾ ਲੱਗ ਜਾਂਦਾ ਵੀ ਸਾਡੀ ਜ਼ਮੀਨ ਮੰਗਦੀ ਇਹਨੂੰ ਕਿਹੋ ਜਿਹਾ ਪਾਉਣ ਪਾਣੀ ਭਾਲਦਾ ਜੇ ਤੁਹਾਨੂੰ ਮੈਂ ਮੰਨ ਲਓ ਕਿ ਡੇਢ ਸਾਲ ਚ ਪਤਾ ਲੱਗਦਾ ਵੀ ਇਹਦਾ ਕਿਹੋ ਜਿਹਾ ਰਿਜ਼ਲਟ ਆਉਂਦਾ ਫੇਰ ਭਾਵੇਂ ਤੁਸੀਂ 2 ਕਿੱਲੇ ਲਾ ਲਓ 4 ਲਾ ਲਓ 5 ਲਾ ਲਓ ਪਰ ਇੱਕੇ ਵਾਰੀ ਨਾ ਕਰੋ ਸਟਾਰਟ ਕਿਉਂਕਿ ਹਜੇ ਮੈਨੂੰ ਵੀ ਇਹ ਤਾਂ ਕੋਈ ਆਮਦਨ ਨਹੀਂ ਹੋਈ ਮੈਂ ਤੇ 10 ਲੱਖ ਰੁਪਏ ਦੇ ਪ ਤੇ ਪਰ ਅਜੇ ਕੋਈ ਮੈਨੂੰ ਆਮਦਨ ਨਹੀਂ ਹੋਈ ਆਮਦਨ ਮੈਨੂੰ ਅਜੇ ਇਹਦੀ ਮੰਨ ਕੇ ਉਹ ਲੋ 10 ਮਹੀਨਾ ਬਾਅਦ ਆਉਣੀ ਆ ਠੀਕ 8-10 ਮਹੀਨਾ ਬਾਅਦ ਇਹ ਕਿੰਨੇ ਚਿਰ ਦੇ ਹੈਗੇ ਤੁਹਾਡੇ ਪਲਾਂਟ ਇਹ 10 ਮਹੀਨਾ ਦੇ ਹੋਗੇ ਠੀਕ ਹੈ ਜੀ ਹਾਂਜੀ ਅੱਛਾ ਇਹ ਫਿਰ ਤੁਸੀਂ ਇੱਕ ਹਨਾ ਤੁਸੀਂ ਕਹਿ ਰਹੇ ਸੀ ਜਦੋਂ ਬਨ ਰਹੇ ਸੀਗੇ ਵੀ ਰੋਜ਼ ਇਹਨਾਂ ਦਾ ਧਿਆਨ ਰੱਖਣਾ ਪੈਂਦਾ ਕੀ ਬਿਮਾਰੀਆਂ ਵੀ ਆਉਂਦੀਆਂ ਇਹਨਾਂ ਤੇ ਕਿਹੜੀਆਂ ਕਿਹੜੀਆਂ ਬਿਮਾਰੀ ਥੋੜੀ ਬਾਲੀਆਂ ਨੂੰ ਕੋਈ ਸੁੰਡੀ ਸਦਾ ਟੈਕ ਟੋਕ ਹੋ ਜਾਂਦਾ ਫੰਗਸ ਦਾ ਹੋ ਜਾਂਦਾ ਜਾਂ ਥੱਲੇ ਫੰਗਸ ਲੱਗਦੀ ਹੈ ਤੇ ਇਹਦਾ ਜਿਵੇਂ ਆ ਟੈਣੀ ਹੈਗੀ ਆ ਇਹਦੇ ਵਿੱਚ ਕੋਈ ਬਹੁਤੀ ਜਾਣ ਨਹੀਂ ਹੁੰਦੀ ਜੇ ਇਹ ਲੰਕ ਜੂਗੇ ਨੇ ਆ ਜੋੜ ਤੋਂ ਟੁੱਟ ਜਾਣਾ ਇਸ ਕਰਕੇ ਇਹਦਾ ਹਰੇਕ ਨੂੰ ਬੰਨ ਬੰਨ ਕੇ ਤਾਂ ਉੱਤੇ ਲੈ ਜਾਣਾ ਕਿਉਂਕਿ ਇਹਦੇ ਮੰਨ ਕੇ ਚੱਲੋ ਆਪਦੇ ਪੈਰ ਨਹੀਂ ਹੁੰਦੇ ਠੀਕ ਹੈ ਹਾਂ ਇਹਦੇ ਆਪਦੇ ਕੋਈ ਪੈਰ ਨਹੀਂ ਇਹਨੇ ਦੂਜਿਆਂ ਦੇ ਇਹਦੇ ਲੱਕੜ ਦੇ ਸਾਰੇ ਤੇ ਇਹਨੇ ਜਾਣਾ ਫਿਰ ਜਦੋਂ ਇਹਦੇ ਉੱਤੇ ਆ ਗਿਆ ਫਿਰ ਇਹਦਾ ਵਜ਼ਨ ਦੋਨੇ ਪਾਸੇ ਤਲ ਜਾਣਾ ਫਿਰ ਆਹ ਡੰਡਾ ਆਪਾਂ ਕੱਢ ਵੀ ਦੇਵਾਂਗੇ ਜਾਂ ਨਾ ਵੀ ਰੋਊਗਾ ਤਾਂ ਫਿਰ ਇਹ ਚੱਲਦਾ ਰਹੂਗਾ ਕੋਈ ਹੋਜੀ ਗੱਲ ਨਹੀਂ ਕੋਈ ਵੀ ਖੇਤੀ ਆਸੀਂ ਆਪ ਉਹਨੂੰ ਸੇਲ ਕਰਾਂਗੇ ਆਪ ਵੇਚਾਂਗੇ ਤਾਂ ਉਹਦੀ ਆਮਦਨ ਨਾਲ ਫਰਕ ਪਊਗਾ ਹੁਣ ਜੇ ਅਸੀਂ ਇਹਨੂੰ ਮੰਡੀ 'ਚ ਲੈ ਜਾਵਾਂਗੇ ਮੰਨ ਲਓ 250 ਰੁਪਏ ਵੇਚਦਾ ਜਾਂ ਸਾਡਾ 40 ਰੁਪਏ ਪੀਸ ਵੇਚਦਾ ਦੁਕਾਨਦਾਰ ਨੇ ਇਹਨੂੰ ਡਬਲ ਵੇਚਣਾ ਹੁੰਦਾ ਘੱਟੋ ਘੱਟ 80 ਰੁਪਏ ਸਾਡੀ ਸੋਚ ਇਹ ਵੀ ਜੇ ਆਪਣਾ 40 ਰੁਪਏ ਦਾ ਅਸੀਂ ਇਹਨੂੰ 50 ਵੇਚ ਲਾਂਗੇ ਜਦੋਂ ਕੋਈ ਗਾਹਕ 10 ਪੀਸ ਲੈਣ ਆਊਗਾ 30 ਰੁਪਏ ਇੱਕ ਮਗਰ ਬਚਣਗੇ ਤਾਂ ਉਹਨੂੰ ਦਸਾਂ ਮਗਰ 300 ਰੁਪਏ ਬਚ ਗਿਆ ਸਾਡੀ ਸੋਚ ਇਹ ਵੀ ਜੇ ਉਹ ਬਾਹਰੋਂ ਮੰਨ ਲਓ 1 ਲੀਟਰ ਪਰ 2 ਲੀਟਰ ਪੈਟਰੋਲ ਸਾੜ ਕੇ ਆਉਣ ਜਾਣ ਦਾ ਕਰਦਾ ਵੀ ਤਾਂ ਉਹਨੂੰ ਜੇਬ ਚੋਂ ਨੇ ਪੈ ਪੈ ਜਾਣ ਸਾਡੀ ਵੀ ਸਾਨੂੰ ਕਿਸੇ ਮੰਡੀ 'ਚ ਨਾ ਜਾਣਾ ਪਵੇ ਉਹਨੂੰ ਤਾ